Sri Vaheguru Sahib Ji Gyan Tyan Kich Karam Na Jana Saar Na Jana Teri Satya Vada Satguru Nanak Jin Tal Rakhi Meri Bani Birlo Vicharasi Je Ko Gurmukh Hoye Ke Bani Mahapurkh Ki Nij Kar Vasa Hoye O Sipat Kasamani Nuriya So Kurso Chati Hai Tud Nithe Sache मन जन्म जन्म दी कटी है तुद डिठे सच्चे पातशाह मन जन्म जन्म दी कटी है श्री वाहेगुरु जी सतनाम श्री वाहेगुरु साहिब जी राम करी महला पंजवा मुख ते पड़ता टीका सहित हृदय राम नहीं पूरन रहत उपदेश करे कर लोक दृढ़ावे अपना कहा अपना कमावे मुक्ति पड़ता टीका सहित हृदय राम नहीं पूरन रहत उपदेश करे कर लोक दृढ़ावे अपना कहा अपना कमावे पंडित वेद विचार पंडित मन का क्रोध निवार पंडित रहाओ अग रखियो साल ग्राम मन कीनो ददिस विश्राम तिलक चुरावे पाई पाए लोक पचारा अंध कमाए खट कर्मा अर्यसन तोती पागट गए पड़े नित पोती माला फेरे मंगे विभूत एह बिद कोई ना तर्यो मीत सो पंडित गुर शब्द कमाए त्रैगुण की उस तरी माए चतुर वेद पूरन हर नाए नरक तिस की सरणी पाए सो पंडित गुर शब्द कमाए त्रैगुण की ओस त्रि माए चतुर वेद पूर्ण हर नाए नानक तिस की सरणी पाए वाहेगुरु जी का खालसा वाहेगुरु जी की
ਪਰਮ ਸਤਿਕਾਰਯੋਗ ਗੁਰੂ ਪਿਆਰੇ ਸਤਿ ਸਿੰਘ ਜੀਓ, ਆਪ ਜੀ ਨੇ ਸਤਿਗੁਰੂ ਜੀ ਦੇ ਹੁਕਮਨਾਮੇ ਦੇ ਰੂਪ ਵਿੱਚ ਜੋ ਬਚਨ ਸਰਵਣ ਕੀਤੇ ਹਨ, ਪੰਜਵੇਂ ਪਾਤਸ਼ਾਹ ਪੰਜਵੇਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਰਾਮਕਲੀ ਰਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪੰਨਾ 887 ਅਤੇ 88 ਉੱਤੇ ਅੰਕਿਤ ਸ਼ਬਦ ਦਾ ਫੋਕਸ ਹੈ ਸਾਡੀ ਧਾਰਮਿਕ ਲੀਡਰਸ਼ਿਪ। ਜਿਸ ਵੇਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਏ ਨੇ, ਉਹਨਾਂ ਨੇ ਆ ਕੇ ਇਹ ਵੇਖਿਆ ਕਿ ਜਿੱਧਰ ਵੀ ਨਜ਼ਰ ਮਾਰਦੇ ਹਾਂ ਮਨੁੱਖ ਦੇ ਜੀਵਨ ਵਿੱਚ ਨਿਗਾਰ ਆ ਗਿਆ ਹੈ, ਹੇਠਾਂ ਵੱਲ ਜਾ ਰਿਹਾ। ਰਾਜਿਆਂ ਵੱਲ ਵੇਖਿਆ ਤੇ ਕਿਹਾ ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡੇ, ਰਾਜੇ ਕਸਾਈਆਂ ਦਾ ਰੂਪ ਧਾਰਨ ਕਰ ਗਏ। ਜੇ ਧਾਰਮਿਕ ਲੀਡਰਸ਼ਿਪ ਵੱਲ ਵੇਖਿਆ, ਕਾਜ਼ੀ ਵੱਲ ਦੇਖਿਆ, ਮੌਲਵੀ ਵੱਲ ਵੇਖਿਆ, ਬ੍ਰਾਹਮਣ ਵੱਲ ਦੇਖਿਆ, ਜੋਗੀ ਵੱਲ ਦੇਖਿਆ, ਤਾਂ ਸਤਿਗੁਰੂ ਜੀ ਨੇ ਉਸ ਪਾਸੇ ਵੀ ਸਾਡਾ ਧਿਆਨ ਖਿੱਚਿਆ ਹੈ ਕਿ ਉਹ ਲੀਡਰਸ਼ਿਪ ਵੀ ਟੋਟਲ ਫੇਲਰ ਹੋ ਗਈ ਸੀ। ਕਾਜ਼ੀ ਕੂੜ ਬੋਲ ਮਲ ਖਾਏ, ਕਾਜ਼ੀ ਝੂਠ ਬੋਲ ਕੇ ਮਲ ਮੈਲ ਖਾਂਦੇ ਨੇ ਰਿਸ਼ਤਾਂ ਦੇ ਦਿਨ। ਬ੍ਰਾਹਮਣ ਨਾਵੇ ਜੀਆਂ ਕਾਏ, ਬ੍ਰਾਹਮਣ ਵੀ ਜੀਆਂ 'ਤੇ ਜ਼ੁਲਮ ਕਰਦੇ ਹੋਏ ਆਪਣੇ ਧਰਮ ਦੀ ਗੱਲ ਕਰਦੇ ਨੇ ਅਤੇ ਧਰਮ ਦੇ ਨਾਂ ਦੇ ਉੱਤੇ ਠੱਗੀਆਂ ਮਾਰਦੇ। ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾਪਨ। ਜਿੰਨਾ ਉਜਾੜਾ ਸੁਸਾਇਟੀ ਵਿੱਚ ਹੈ, ਵਿੱਚ ਜੋਗੀ ਕਿਸੇ ਹੋ ਗਏ, ਇਹਨਾਂ ਨੇ ਇਸ ਦੇਸ਼ ਦਾ ਕੌਮ ਦਾ ਉਜਾੜਾ ਕਰ ਦਿੱਤਾ ਹੈ, ਹਾਲਤ ਬੜੀ ਮਾੜੀ ਹੋ ਗਈ। ਸਤਸੰਗ ਜਿਹੜੀਆਂ ਵਕਤ ਦੀਆਂ ਉਸ ਵੇਲੇ ਦੀਆਂ ਲੋੜਾਂ ਸਨ, ਜਿਹੜੇ ਚੈਲੇਂਜ ਸਨ, ਸਤਿਗੁਰੂ ਜੀ ਨੇ ਉਹਨਾਂ ਨੂੰ ਬਾਣੀ ਵਿੱਚ ਐਡਰੈਸ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸਾਰੀ ਸਾਨੂੰ ਧਾਰਮਿਕ ਜੀਵਨ ਨੂੰ ਉੱਚਾ ਲਿਜਾਣ ਲਈ ਪ੍ਰੇਰਦੀ ਹੈ ਅਤੇ ਨਾਲ ਹੀ ਜੋ ਧਾਰਮਿਕ ਜੀਵਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਸਮਝਾਉਂਦੀ ਹੈ ਕਿ ਜੇ ਤੁਸੀਂ ਧਰਮ ਦੀ ਗੱਲ ਕਰਨੀ ਹੈ ਤਾਂ ਪਹਿਲਾਂ ਆਪਣਾ ਜੀਵਨ ਵੀ ਉੱਚਾ ਬਣਾਓ। ਇਹ ਜੋ ਗੱਲਾਂ ਮਹਾਰਾਜ ਜੀ ਨੇ ਉਸ ਵੇਲੇ ਕਹੀਆਂ ਨੇ, ਅੱਜ ਦੀ ਸਾਡੀ ਧਾਰਮਿਕ ਲੀਡਰਸ਼ਿਪ ਜੋ ਸਿੱਖ ਲੀਡਰਸ਼ਿਪ ਹੈ ਉਹਦੇ 'ਤੇ ਵੀ ਉਸੇ ਤਰ੍ਹਾਂ ਟੁੱਟਦੀਆਂ ਨੇ, ਪਰ ਇਸ ਸ਼ਬਦ ਦੇ ਵਿੱਚ ਫੋਕਸ ਪੰਡਿਤ ਹੈ, ਬ੍ਰਾਹਮਣ ਹੈ, ਜੋ ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈ, ਵਿਦਵਤਾ ਦੀ ਗੱਲ ਕਰਦਾ ਹੈ, ਪਰ ਉਹਦਾ ਆਪਣਾ ਜੀਵਨ ਚੰਗਾ ਨਹੀਂ। ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਸ਼ਬਦ ਦਾ ਕੇਂਦਰੀ ਭਾਵ ਇਸ ਤਰ੍ਹਾਂ ਪ੍ਰਗਟ ਕਰਦੇ ਨੇ, ਪੰਡਿਤ ਵੇਦ ਵਿਚਾਰੇ ਪੰਡਿਤ। ਉਹ ਪੰਡਿਤ ਬ੍ਰਾਹਮਣ, ਯੂ ਆਰ ਦੀ ਸਕਾਲਰ ਆਫ ਹਿੰਦੂਇਜ਼ਮ ਸਪਿਰਚੁਅਲਿਜ਼ਮ, ਤੂੰ ਥੋੜ੍ਹੀ ਜਿਹੀ ਕੋਸ਼ਿਸ਼ ਕਰ। ਤੂੰ ਵੇਦ ਦੀ ਗੱਲ ਕਰਦਾ ਹੈ ਪਰ ਤੇਰੀ ਵੇਦ ਦੀ ਵਿਚਾਰ ਅਧੂਰੀ ਹੈ ਕਿਉਂਕਿ ਤੇਰਾ ਆਪਣਾ ਕੋਈ ਜੀਵਨ ਨਹੀਂ। ਵਿਚਾਰ ਕਰਕੇ ਪੰਡਿਤ ਤੈਨੂੰ ਵੇਦ ਸਮਝਾਉਂਦਾ ਹੈ ਕਿ ਸਭ ਤੋਂ ਪਹਿਲਾਂ ਆਪਣਾ ਜੀਵਨ ਚੰਗਾ ਕਰ, ਫਿਰ ਦੂਜਿਆਂ ਨੂੰ ਉਪਦੇਸ਼ ਦੇ, ਤੇਰੇ ਉਪਦੇਸ਼ ਦਾ ਅਸਰ ਹੋਏਗਾ, ਲੋਕਾਂ ਦਾ ਜੀਵਨ ਵੀ ਸੁਧਰ ਜਾਵੇਗਾ। ਮਨ ਕਾ ਕ੍ਰੋਧ ਨਿਵਾਰੇ ਪੰਡਿਤ। ਹੇ ਪੰਡਿਤ, ਹੇ ਵਿਦਵਾਨ, ਹੇ ਸਕਾਲਰ, ਹੇ ਬ੍ਰਾਹਮਣ, ਤੇਰੇ ਮਨ ਅੰਦਰ ਹਮੇਸ਼ਾ ਕ੍ਰੋਧ ਹੈ। ਤੂੰ ਦੂਜਿਆਂ ਨੂੰ ਧਰਮ ਦੇ ਨਾਂ ਦੇ ਉੱਤੇ ਡਰਾਉਂਦਾ ਹੈ, ਦਬਕੇ ਮਾਰਦਾ ਹੈ। ਇਸ ਕ੍ਰੋਧ ਨੂੰ ਖਤਮ ਕਰ ਦੇ, ਕ੍ਰੋਧ ਨੂੰ ਤਿਆਗ ਕੇ ਨਿਮਰਤਾ ਵਿੱਚ ਆ, ਪ੍ਰੇਮ ਵਿੱਚ ਆ, ਤਾਂ ਤੇਰੇ ਕਹੇ ਦਾ ਅਸਰ ਹੋਏਗਾ। ਇਸ ਕਰਕੇ ਇਹ ਜ਼ਰੂਰੀ ਹੈ ਕਿ ਧਰਮ ਦੀ ਕਿਰਤ ਕਰਨ ਵਾਸਤੇ ਜੇ ਅਸੀਂ ਲੋਕਾਂ ਨੂੰ ਉਪਦੇਸ਼ ਕਰੀਏ ਤਾਂ ਫਿਰ ਸਾਡੇ ਵਿੱਚ ਉਹ ਧਾਰਮਿਕ ਗੁਣ ਵੀ ਹੋਣੇ ਚਾਹੀਦੇ। ਸ਼ਬਦ ਆਰੰਭ ਕਰਦਿਆਂ ਮਹਾਰਾਜ ਜੀ ਕਹਿ ਰਹੇ ਹਨ, ਬ੍ਰਾਹਮਣ ਨੂੰ ਸੰਬੋਧਨ ਹੈ, ਮੁੱਖ ਤੇ ਪੜਤਾ ਟੀਕਾ ਸਹਿਤ। ਆਪਣੇ ਮੂੰਹ ਤੋਂ ਤੂੰ ਵੇਦ ਬਾਣੀ ਵੇਦਾਂ ਦਾ ਪਾਠ ਕਰਦਾ ਹੈ ਤੇ ਕਿਸ ਤਰ੍ਹਾਂ ਪੜ੍ਹਦਾ ਹੈ, ਸਲੋਕ ਕਿਸ ਤਰ੍ਹਾਂ ਪੜ੍ਹਦਾ ਹੈ, ਟੀਕੇ ਸਹਿਤ ਵਿਦ